ਵਿਧਾਨ ਸਭਾ ਹਲਕਾ ਫਲੌਰ ਦੇ ਪਿੰਡ ਰੁੜਕੀ ਵਿਖੇ ਰਸਤਿਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਆਗੂ ਮੇਲਾ ਸਿੰਘ ਰੋੜਕਾ ਅਤੇ ਪ੍ਰਿੰਸੀਪਲ ਸੋਢੀ ਰਾਮ ਨੇ ਦੱਸਿਆ ਕਿ ਹਲਕਾ ਫਲੌਰ ਅੰਦਰ ਵਿਕਾਸ ਕਾਰਜਾਂ ਨੂੰ ਤੇਜ਼ੀ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਪਿੰਡ ਰੁੜਕੀ ਵਿਖੇ ਰਸਤਿਆਂ 'ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿੰਡ ਰੁੜਕੀ ਵਿੱਚ ਅਜੇ ਬਹੁਤ ਸਾਰੇ ਕੰਮ ਰੁਕੇ ਹੋਏ ਹਨ, ਜਿਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਸਰਪੰਚ ਦਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸਰਪੰਚ ਅਜੈਬ ਸਿੰਘ ਰੁੜਕੀ, ਪੰਚ ਬਾਲੀ ਰਾਮ, ਸੁਰਜੀਤ ਰਾਮ, ਸੁਰਿੰਦਰ ਸਿੰਘ, ਭਜਨ ਸਿੰਘ, ਫੌਜੀ ਸੰਜੀਵ ਕੁਮਾਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਹਲਕਾ ਵਿਧਾਨ ਸਭਾ ਫਲੌਰ ਦਾ ਅਹਿਮ ਪਿੰਡ ਰੁੜਕੀ ਆ, ਰੁੜਕੀ ਦੇ ਵਿੱਚ ਅਸੀਂ ਇੱਥੇ ਖੜ੍ਹੇ ਹਾਂ ਔਰ ਸਾਡੇ ਨਾਲ ਹੀ ਪੂਰੀ ਇਸ ਪਿੰਡ ਦੀ ਨਗਰ ਦੀ ਜਿਹੜੀ ਹੈਗੀ ਆ ਪੰਚਾਇਤ ਸਰਪੰਚ ਮੈਡਮ ਨੇ ਔਰ ਸਾਡੇ ਆਮ ਆਦਮੀ ਪਾਰਟੀ ਦੇ ਦਰਜਾ ਦਰਜਾ ਲੀਡਰ ਸਾਹਿਬਾਨ ਔਰ ਖਾਸ ਤੌਰ 'ਤੇ ਸਾਡੇ ਬਲਾਕ ਪ੍ਰਧਾਨ ਸੋਢੀ ਰਾਮ ਜੀ, ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਤ ਉੱਘੇ ਲੀਡਰ ਮੇਲਾ ਸਿੰਘ ਜੀ ਔਰ ਐੱਮ ਸੀ ਯਸ਼ਪਾਲ ਗਿੰਡਾ ਜੀ, ਸਰਪੰਚ ਹਰਕਮਲ ਸਿੰਘ ਜੀ ਮੇਰੇ ਬਹੁਤ ਹੀ ਸਤਿਕਾਰਤ, ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਆ, ਜਿਹਨੂੰ ਅਸੀਂ ਲਾਲ ਨਾਲ ਲੁੱਗਾ ਕਹਿੰਦੇ ਹਾਂ, ਪ੍ਰਿੰਸੀਪਲ ਸਾਹਿਬ ਉਹ ਵੀ ਸਾਡੇ ਨਾਲ, ਪੂਰੀ ਪਿੰਡ ਦੀ ਨਗਰ ਪੰਚਾਇਤ ਸਾਰੇ ਬੁੱਧੀਜੀਵੀ ਲੋਕ ਜਿਹੜੇ ਹੈਗੇ ਇੱਥੇ ਖੜ੍ਹੇ ਆ। ਅੱਜ ਇੱਥੇ ਪਿੰਡ ਦੇ ਜਿਹੜੇ ਵਿਕਾਸ ਕੰਮਾਂ ਦਾ ਜਿਹੜਾ ਹੈਗਾ ਅਸੀਂ ਇੱਥੇ ਕੀਤਾ ਰੱਖਿਆ ਹੈਗਾ, ਇਹ ਤਕਰੀਬਨ ਜਿਹੜਾ ਹੈਗਾ ਲੱਖਾਂ ਦੀ ਲਾਗਤ ਦੇ ਨਾਲ ਜਿਹੜੀ ਹੈਗੀ ਆ ਐਂਟ ਜਿਹੜੀ ਹੈਗੀ ਆ ਇੱਥੇ ਲਗਾਈ ਜਾ ਰਹੀ ਆ ਔਰ ਪਿੰਡ ਦੇ ਹੋਰ ਵੀ ਜਿਹੜੇ ਹੈਗੇ ਆ ਵਿਕਾਸ ਦੇ ਕਾਰਜ ਜਿਹੜੇ ਹੈਗੇ ਆ ਉਹਨਾਂ ਨੂੰ ਬਹੁਤ ਹੀ ਤੇਜ਼ੀ ਦੇ ਵਿੱਚ ਲਿਆਂਦਾ ਜਾ ਰਿਹਾ, ਚਾਹੇ ਉਹ ਛੱਪੜ ਦਾ ਕੰਮ ਹੋਵੇ, ਚਾਹੇ ਕੋਈ ਜਲ ਘਰ ਦਾ ਹੋਵੇ ਜਾਂ ਇੰਟਰਲੋਕ ਵਿਵਸਥਾ ਹੋਵੇ ਜਾਂ ਪੀਣ ਵਾਲੇ ਪਾਣੀ ਦਾ ਜਿਹੜਾ ਇੰਤਜ਼ਾਮ ਸੰਬੰਧੀ ਹੋਵੇ, ਕਿਉਂਕਿ ਸਾਡੇ ਕੋਲ ਪੈਸੇ ਫਿਰੇ ਨੇ, ਅਸੀਂ ਹੋਰ ਵੀ ਇਹਨਾਂ ਨੂੰ ਪੈਸੇ ਜਿਹੜੇ ਹੈਗੇ ਆ ਬਲਾਕ ਪ੍ਰਧਾਨ ਨੇ ਸਾਨੂੰ ਦਬਕਾ ਮਾਰਿਆ ਸੀ, ਹੋਰ ਪੈਸੇ ਜਿਹੜੇ ਹੈਗੇ ਅਸੀਂ ਇਹਨਾਂ ਪਿੰਡਾਂ ਨੂੰ ਪਾ ਦਿੱਤੇ ਹੈਗੇ ਆ ਔਰ ਪੀਣ ਵਾਲੇ ਪਾਣੀ ਲਈ ਵੀ ਪਾਏ ਹੈਗੇ ਆ ਔਰ ਗੰਦੇ ਪਾਣੀ ਦੇ ਨਿਕਾਸੀ ਲਈ ਵੀ ਪਾਏ ਆ, 15ਵੇਂ ਬਦਲੇ ਵੀ ਪੈਸੇ ਜਿਹੜੇ ਹੈਗੇ ਆ ਕਾਫੀ ਪਏ ਆ। ਸੋ ਵਿਕਾਸ ਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਉਣ ਦੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ, ਪੈਸਿਆਂ ਦੀ ਕੋਈ ਘਾਟ ਨਹੀਂ ਹੈਗਾ, 2 ਕਰੋੜ ਸਾਡੇ ਕੋਲ ਹੋਰ ਵੀ ਆਇਆ ਹੈਗਾ, ਅਸੀਂ ਉਹ ਵੀ ਪਿੰਡਾਂ ਦੇ ਵਿੱਚ ਡਿਸਬਰਸ ਕਰਤਾ ਹੈਗਾ ਔਰ ਜਿਹੜੇ ਵੀ ਪਿੰਡਾਂ ਦੇ ਵਿੱਚ ਕੋਈ ਲਿੰਕ ਸੜਕਾਂ ਨੇ ਜਿਹੜੀਆਂ ਅਸੀਂ ਮੱਟੀ ਕਰ ਰੋਡ ਰਾਹੀਂ ਜਿਹੜੀਆਂ ਪ੍ਰਪੋਜ਼ਲਾਂ ਬਣਵਾ ਕੇ ਭੇਜ ਰਹੇ, ਮੈਂ ਇਹਨਾਂ ਪਿੰਡ ਦੇ ਵਾਸੀਆਂ ਨੂੰ ਬੇਨਤੀ ਕਰਦਾ ਇਹਨਾਂ ਦਾ ਕੱਚਾ ਰਸਤਾ ਵੀ ਹੋਇਆ ਤਾਂ ਉਹ ਵੀ ਸਾਨੂੰ ਦੱਸੋ। ਸੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਦੀ ਜਿਹੜੇ ਬਹੁਤ ਹੀ ਸਾਡੇ ਹਰ ਦੇ ਮੁੱਖ ਮੰਤਰੀ ਨੇ, ਉਹਨਾਂ ਦੀ ਸੋਚ ਆ ਕਿ ਇਹ ਰੰਗਲਾ ਪੰਜਾਬ ਜਿਹੜਾ ਹੋਣ ਦੇ ਵਿੱਚ ਲਿਆਉਣਾ ਤਾਂ ਇਹ ਆਏਗਾ ਜੇ ਪਿੰਡਾਂ ਦਾ ਜਿਹੜਾ ਵਿਕਾਸ ਆ ਇੱਥੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਭੁੱਖ ਰੁੱਖੇ ਕਰਕੇ ਰੱਖਿਆ ਸੀ ਔਰ ਤੁਹਾਡੀ ਸਰਕਾਰ ਤੁਹਾਡੀ ਪਾਰਟੀ ਹੈਗੀ ਆ ਬਹੁਤ ਤੇਜ਼ੀ ਦੇ ਨਾਲ ਵਿਕਾਸ ਜਿਹੜਾ ਹੈਗਾ ਕਾਰਜ ਕੀਤੇ ਜਾ ਰਹੇ ਹੈਗੇ ਆ ਤਾਂ ਕਿ ਜਿਹੜਾ ਹੈਗਾ ਲੋਕਾਂ ਦੀ ਔਰ ਮਾਨਵਤਾ ਦੀ ਜਿਹੜੀ ਭਲਾਈ ਦੀ ਗੱਲ ਕੀਤੀ ਜਾਵੇ। ਧੰਨਵਾਦ। ਅੱਜ ਦੁਆਬੇ ਦੇ ਮੰਝਕੀ ਇਲਾਕੇ ਦੇ ਇੱਕ ਮਸ਼ਹੂਰ ਪਿੰਡ ਰੁੜਕੀ ਵਿਖੇ ਵਿਕਾਸ ਕੰਮਾਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਸਾਡੇ ਮਾਨਯੋਗ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ। ਇਸੇ ਤਰ੍ਹਾਂ ਮਤਲਬ ਸਾਰੇ ਪੰਜਾਬ ਦੇ ਅੰਦਰ ਵਿਕਾਸ ਦੀ ਜਿਹੜੀ ਆ ਇੱਕ ਹਨੇਰੀ ਦੀ ਤਰ੍ਹਾਂ ਲਹਿਰ ਵਹਿ ਰਹੀ ਆ। ਅੱਜ ਜਿੱਥੇ ਰੁੜਕੀ ਦੀ ਪੰਚਾਇਤ ਦੇ ਕੋਲ ਪਹਿਲਾਂ ਵੀ ਮਤਲਬ ਕਾਫੀ ਫੰਡ ਪਿਆ ਅਤੇ ਅੱਜ ਫਿਰ ਅਨਾਊਂਸ ਕੀਤਾ ਸਾਡੇ ਇੰਚਾਰਜ ਸਾਹਿਬ ਨੇ ਕਿ ਇਸ ਨਗਰ ਦਾ ਕੋਈ ਵੀ ਰਾਹ ਚਾਹੇ ਉਹ ਖੂਹਾਂ ਨੂੰ ਜਾਂਦਾ ਚਾਹੇ ਉਹ ਪਿੰਡ ਦਾ ਆ ਕੋਈ ਵੀ ਗਲੀ ਜਾਂ ਮਤਲਬ ਕੋਈ ਵੀ ਛੱਪੜ ਜਿਹੜਾ ਪਾਣੀ ਨਾਲ ਭਰਿਆ ਆ ਉਹ ਮਤਲਬ ਉਹਨਾਂ ਨੂੰ ਖਾਲੀ ਕਰਨ ਵਾਸਤੇ ਰੁੜਕੀ ਦੀ ਪੰਚਾਇਤ ਨੂੰ ਪੂਰਾ ਅਧਿਕਾਰ ਦੇ ਦਿੱਤਾ ਆ। ਅੱਜ ਤੋਂ ਬਾਅਦ ਕੁਝ ਮਤੇ ਵੀ ਪਾਏ ਆ
ਕੁਛ ਲੋਕਾਂ ਦੇ ਇਤਰਾਜ਼ ਵੀ ਆ ਵੀ ਮਤਲਬ ਇੱਥੇ ਆਹ ਕੰਮ ਹੋਇਆ ਕੰਮ ਨਹੀਂ ਹੋਇਆ, ਆਉਣ ਵਾਲੇ ਸਮੇਂ 'ਚ ਵਿੱਚ ਉਹਨੂੰ ਮੁੱਖ ਰੱਖ ਕੇ ਜਿਹੜਾ ਕੰਮ ਨਹੀਂ ਹੋਇਆ ਉਹਦੇ ਮਤੇ ਵੀ ਪਾਏ ਜਾਣਗੇ, ਅਤੇ ਇਲੈਕਸ਼ਨ ਤੋਂ ਪਹਿਲਾਂ ਸਾਰਾ ਹੀ ਜਿਹੜਾ ਰੁੜਕੀ ਦਾ ਕੰਮ ਆ ਉਹਨੂੰ ਨਿਪਰੇ ਚੜ੍ਹਨ ਦੀ ਅਥਾਹ ਜਿਹੜੀ ਆ ਕੋਸ਼ਿਸ਼ ਕੀਤੀ ਜਾਏਗੀ। ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆ 75-76 ਸਾਲ ਦਾ ਸਮਾਂ ਹੋ ਗਿਆ, ਪਰ ਮੌਕੇ ਦੀਆਂ ਸਰਕਾਰਾਂ ਨੇ ਜਿਹੜੇ ਗਰੀਬ ਲੋਕ ਸੀ, ਕਿਰਤੀ ਲੋਕ ਸੀ, ਮਜ਼ਦੂਰ ਸੀ, ਕਿਸਾਨ ਸੀ, ਉਹਨਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕੀਤੀ ਰੱਖਿਆ, ਅਤੇ ਆਹ 2 ਸਾਲ ਦੀ ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਬਣੀ ਆ ਹੁਣ ਫਿਰ ਮੋਹਰੇ ਵੋਟਾਂ ਆ ਜਾਣੀਆਂ। ਸਾਡੀ ਇਹ ਕੋਸ਼ਿਸ਼ ਹੈ ਉਹਨਾਂ ਵੋਟਾਂ ਤੋਂ ਪਹਿਲਾਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਆ, ਚਾਹੇ ਉਹ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਹੋਵੇ, ਉਹਨੂੰ ਹੱਲ ਕਰਨ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਰਿਕੁਐਸਟ ਕਰਨ ਵਾਸਤੇ ਪਹਿਲਾਂ ਵੀ ਆਏ ਹਾਂ, ਬਹੁਤ ਵਾਰੀ ਆਏ ਹਾਂ, ਪਹਿਲਾਂ ਵੀ ਮਤਲਬ ਵਿਕਾਸ ਦੇ ਇੱਥੇ ਜਿਹੜੇ ਕੰਮ ਕੀਤੇ ਆ, ਅਤੇ ਅੱਜ ਮਤਲਬ ਸਪੈਸ਼ਲੀ ਇਹ ਸਾਡਾ ਜਿਹੜਾ ਦੌਰਾ ਸੀ ਸਾਡੇ ਹਲਕਾ ਇੰਚਾਰਜ ਦਾ ਕਿ ਬਕਾਇਦਾ ਉਦਘਾਟਨ ਕੀਤਾ ਜਾਏ, ਚਾਹੇ ਉਹ ਇੰਟਰਲੋਕ ਹੈ ਚਾਹੇ ਕੋਈ ਵੀ ਕੰਮ ਆ, ਆਉਣ ਵਾਲੇ ਸਮੇਂ ਦੇ ਦੌਰਾਨ ਜਿੱਥੇ ਮਤਲਬ ਰੁੜਕੀ ਦੇ ਇਹੋ ਜਿਹੇ ਕੰਮ ਰੁਕੇ ਪਏ ਆਪਾਂ ਸ਼ੁਰੂ ਕਰਨੇ ਆ, ਉਹਨੂੰ ਨਿਪਰੇ ਚਾੜਨਾ। ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਵੀ ਕਿਸੇ ਦਾ ਵੀ ਕੋਈ ਵਿਕਾਸ ਨਾਲ ਸੰਬੰਧਿਤ ਕੋਈ ਵੀ ਕੰਮ ਆ ਉਹ ਸਾਡੇ ਤੱਕ ਅਪਰੋਚ ਕਰੇ, ਉਹਨਾਂ ਕੰਮਾਂ ਨੂੰ ਕਰਵਾ ਕੇ ਮਤਲਬ ਜਿਹੜਾ ਉਹਨੂੰ ਅਸੀਂ ਨੇਪਰੇ ਚੜ੍ਹਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ। ਸਰਪੰਚ ਦਲਜੀਤ ਕੌਰ, ਪਿੰਡ ਰੁੜਕੀ। ਸਾਡੇ ਪਿੰਡ ਦੇ ਜਿਹੜੇ ਵਿਕਾਸ ਕਾਰਜ ਚੱਲਦੇ ਪਏ ਆ, ਅਤੇ ਪੰਚਾਇਤੀ ਤੌਰ 'ਤੇ ਜਿਹੜੀ ਹੈ ਇਹ ਗਲੀ ਡਾਕਟਰ ਅੰਬੇਦਕਰ ਚੌਂਕ ਨਵੀਂ ਆਬਾਦੀ, ਉਸਦਾ ਕੰਮ ਜਿਹੜਾ ਉਹਦੀ ਸ਼ੁਰੂਆਤ ਅੱਜ ਅਸੀਂ ਕੀਤੀ ਆ। ਕਾਫੀ ਦਿਨਾਂ ਤੋਂ ਇਹਨਾਂ ਦਾ ਪਹਿਲਾਂ ਜਿਹੜਾ ਚੱਲਦਾ ਪਿਆ ਸੀ, ਕਿਤੇ ਮਿੱਟੀ ਦੀ ਲੋੜ ਸੀ ਜਾਂ ਕੁਛ ਸੀ, ਲੋਕਾਂ ਦੇ ਸਹਿਯੋਗ ਦੇ ਨਾਲ ਮਿੱਟੀ ਵਗੈਰਾ ਪਵਾਈ ਆ, ਅਤੇ ਹੁਣ ਇੰਟਰਲੋਕ ਦੇ ਨਾਲ ਇਹ ਪੱਕਾ ਰਸਤਾ ਬਣਾਇਆ ਜਾ ਰਿਹਾ। ਅਤੇ ਮੈਂ ਆਪਣੇ ਪੰਜਾਬ ਸਰਕਾਰ ਅਤੇ ਆਪਣੇ ਇਲਾਕੇ ਦੇ ਲੋਕਾਂ ਦੀ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਪੰਚਾਇਤੀ ਕੰਮ ਜਿਹੜੇ ਨੇਪਰੇ ਚੜ੍ਹ ਰਹੇ ਨੇ। ਧੰਨਵਾਦ ਜੀ।